ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ ਜੀ ਸਾਰੇ ਦਰਸ਼ਕਾਂ ਦਾ ਅੱਜ ਦੇ ਲਾਈਵ ਸ਼ੋਅ ਦੇ ਵਿੱਚ, ਜੋ ਕਿ ਹੁਣ ਤੋਂ ਲੈ ਕੇ 8:30 ਵਜੇ ਤੱਕ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਨਾਲੋਂ ਨਾਲ ਚੱਲਣ ਵਾਲੇ ਪ੍ਰੋਗਰਾਮ ਦਾ ਸਫ਼ਰ ਹੁੰਦਾ ਜੀ, 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਸੋਮਵਾਰ ਅਤੇ ਮੰਗਲਵਾਰ ਨੂੰ ਮੇਰੇ ਵੱਲੋਂ ਸਤਪਾਲ ਸਿੰਘ ਜੌਲ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰਾਣਾ ਰਣਧੀਰ ਸਿੰਘ ਸਿੱਧੂ ਪੇਸ਼ ਹੁੰਦੇ ਨੇ ਪ੍ਰੋਗਰਾਮ ਲੈ ਕੇ। ਐਤਵਾਰ ਦੀ ਸ਼ਾਮ ਨੂੰ ਅਸੀਂ ਪਖਤੇ ਮਸਲੇ ਪ੍ਰੋਗਰਾਮ ਪੇਸ਼ ਕਰਦੇ ਹਾਂ, ਜੋ ਕਿ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ। ਅੱਜ 5 ਜਨਵਰੀ ਹੋ ਗਈ ਹੈ ਜੀ, ਇਸ ਸਾਲ 2015 ਦਾ ਹੁਣ ਇਹ ਫਿਰ 5ਵਾਂ ਦਿਨ ਹੈ ਅਤੇ 360 ਹੋਰ ਦਿਨ ਇਸ ਨਵੇਂ ਸਾਲ ਦੇ ਵਿੱਚ ਬਾਕੀ ਰਹਿ ਗਏ ਹਨ। ਪੂਰਨਮਾਸ਼ੀ ਵੀ ਹੈ ਅਤੇ ਜੇ ਤੁਸੀਂ ਦਰਸ਼ਕ ਹੋ ਸਾਡੇ ਅਤੇ ਟੋਰਾਂਟੋ ਏਰੀਆ ਦੇ ਵਿੱਚ ਹੋ ਤਾਂ ਜਰਾ ਕੁ ਖਿੜਕੀ ਤੋਂ ਬਾਹਰ ਤੁਸੀਂ ਝਾਤੀ ਮਾਰ ਕੇ ਦੇਖ ਸਕਦੇ ਹੋ ਕਿ ਚੰਦਰਮਾ ਦਾ ਬੜਾ ਦਿਲਕਸ਼ ਜੋ ਦ੍ਰਿਸ਼ ਹੈ ਇਸ ਸਮੇਂ ਟੋਰਾਂਟੋ ਇਲਾਕੇ ਦੇ ਵਿੱਚ ਦੇਖਿਆ ਜਾ ਸਕਦਾ। ਕਾਫੀ ਵੱਡ ਆਕਾਰੀ ਚੰਦਰਮਾ ਜੋ ਹੈ ਇਹ ਪੂਰਬੀ ਦਿਸ਼ਾ ਵਾਲੇ ਪਾਸੇ ਨੂੰ ਜੋ ਹੈ ਤੁਹਾਨੂੰ ਨਜ਼ਰ ਆ ਸਕਦਾ ਹੈ। ਸੋ ਇਸ ਦ੍ਰਿਸ਼ ਨੂੰ ਮਾਣ ਸਕਦੇ ਹੋ ਕਿਉਂਕਿ ਅੱਜ ਜੋ ਹੈ ਪੂਰਨਮਾਸ਼ੀ ਹੋਣ ਕਰਕੇ ਪੂਰਾ ਚੰਦ ਜੋ ਹੈ ਆਪਣੇ ਜਲੌ ਦੇ ਵਿੱਚ ਆਕਾਸ਼ ਦੇ ਵਿੱਚ ਚਮਕਦਾ ਨਜ਼ਰ ਆ ਰਿਹਾ। ਬਾਕੀ ਇਹ ਹੈ ਜੀ ਭਈ ਇਹ ਨਵੇਂ ਸਾਲ ਦੇ ਸ਼ੁਰੂਆਤੀ ਦਿਨ ਹੈਗੇ ਆ। ਗੁਰਪ੍ਰੀਤ ਸਿੰਘ ਘੁੱਗੀ ਹੋਣਾ ਨੇ, ਜਿਹੜੇ ਕਿ ਉੱਘੇ ਪੰਜਾਬੀ ਫਿਲਮਾਂ ਦੇ ਅਦਾਕਾਰ ਹੈ, ਕਮੇਡੀਅਨ ਹੈ, ਉਹਨਾਂ ਨੇ ਕਿਹਾ ਸੀਗਾ ਜੀ ਵੀ ਇਹ ਨਵਾਂ ਸਾਲ ਚੜ੍ਹਦਾ ਹੈ। ਹਾਂਜੀ, ਸੋ ਨਵਾਂ ਸਾਲ ਮੁਬਾਰਕ ਜਿੱਥੇ ਅਸੀਂ ਸਾਰੇ ਇੱਕ ਦੂਸਰੇ ਨੂੰ ਆਖਦੇ ਹਾਂ, ਲੇਕਿਨ ਕਿ ਥੋੜ੍ਹੇ ਦਿਨਾਂ ਬਾਅਦ ਨਵਾਂ ਸਾਲ ਜਿਹੜਾ ਹੈ ਇਹ ਪੁਰਾਣੇ ਵਾਂਗੂ ਬੀਤਣਾ ਸ਼ੁਰੂ ਹੋ ਜਾਂਦਾ, ਇਹ ਆਮ ਤੌਰ 'ਤੇ ਦੇਖਣ ਦੀ ਗੱਲ ਆਈ ਆ। ਸੋ ਅਸੀਂ ਅੱਜ ਦੇ ਜੋ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਪੇਸ਼ ਕਰਨਾ ਨਾ, ਅਤੇ ਅਸੀਂ ਚਾਹਵਾਂਗੇ ਭਈ ਉਸ ਸਵਾਲ ਦਾ ਬਿਲਕੁਲ ਠੀਕ ਜਵਾਬ ਦੇ ਕੇ ਅਤੇ ਤੁਸੀਂ ਪਹੁੰਚ ਜਾਓ ਨਿਊ ਸਿਲਵਰ ਸ਼ੋਪ 'ਤੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਜੋ ਸਮੁੱਚਾ ਪ੍ਰੋਗਰਾਮ ਹੈ ਸੋਮਵਾਰ ਦਾ ਅਤੇ ਮੰਗਲਵਾਰ ਦਾ ਸਪੋਂਸਰ ਕੀਤਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਸੋਮਵਾਰ ਨੂੰ ਜਿਹੜਾ ਅਸੀਂ ਸਵਾਲ ਪੇਸ਼ ਕਰਦੇ ਹਾਂ ਤੁਹਾਡੀ ਸੇਵਾ ਦੇ ਵਿੱਚ, ਅਤੇ ਉਸ ਸਵਾਲ ਦਾ ਜਵਾਬ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਤੁਸੀਂ ਦਿਓ ਸਭ ਤੋਂ ਪਹਿਲਾਂ ਆ ਕੇ ਪ੍ਰੋਗਰਾਮ ਦੇ ਵਿੱਚ, ਠੀਕ, ਅਤੇ ਫਿਰ ਤੁਸੀਂ ਨਿਊ ਸਿਲਵਰ ਸ਼ੋਪ 'ਤੇ ਹਾਂਜੀ ਜਾ ਸਕਦੇ ਹੋ, ਕਿਉਂਕਿ ਨਿਊ ਸਿਲਵਰ ਸ਼ੋਪ ਤੋਂ ਦਲਜੀਤ ਚੌੜਾ ਹੋਣਾ ਨੇ ਜੋ ਵਿਸ਼ੇਸ਼ ਇਹ ਤੋਹਫਾ ਹੈ ਸਾਡੇ ਵਿਜੇਤਾ ਦੇ ਲਈ ਰੱਖਿਆ ਹੋਇਆ, ਉਹ ਤੋਹਫਾ ਬੜਾ ਕਮਾਲ ਦਾ ਹੈ। ਉਹ ਹੈਗਾ 1 ਔਂਸ ਦਾ ਸ਼ੁੱਧ ਚਾਂਦੀ ਦਾ ਸਿੱਕਾ, ਜਿਹੜਾ ਕਿ ਵੈਸੇ ਹੀ ਸੰਭਾਲਣ ਯੋਗ ਹੈ। ਹਾਂਜੀ, ਪਰ ਜੇ ਤੁਸੀਂ ਚਾਹੋ ਵੀ ਉਹਨੂੰ ਢਾਲ ਕੇ ਕੋਈ ਮਨਪਸੰਦ ਦਾ ਗਹਿਣਾ ਬਣਾਉਣਾ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ, ਅਤੇ ਜਾਂ ਫਿਰ ਜੇ ਤੁਸੀਂ ਸਿੱਕਾ ਨਾ ਲੈਣਾ ਹੋਵੇ ਤਾਂ ਫਿਰ ਗਲੇ ਦੀ ਚੇਨ ਲੋਕਟ ਪਾ ਕੇ ਤੁਹਾਨੂੰ ਦਿੰਦੇ ਨੇ। ਇਸ ਦੇ ਨਾਲ ਹੀ ਜੇ ਤੁਸੀਂ ਨਿਊ ਸਿਲਵਰ ਸ਼ੋਪ 'ਤੇ ਜਾਂਦੇ ਹੋ ਵੀ ਤੁਹਾਡਾ ਕੋਈ ਗਹਿਣਾ ਖਰਾਬ ਹੈ ਅਤੇ ਉਹ ਗਹਿਣਾ ਤੁਹਾਨੂੰ ਠੀਕ ਕਰ ਦਿੰਦੇ ਨੇ ਹਾਂਜੀ ਉਸੇ ਵੇਲੇ, ਕਿਉਂਕਿ ਕਾਫੀ ਉਹਨਾਂ ਦੇ ਸਟੋਰ ਦੇ ਵਿੱਚ ਜਿੱਥੇ ਸ਼ੋਰੂਮ ਹੈ ਫਰੰਟ ਸਾਈਡ 'ਤੇ ਚਾਂਦੀ ਦੇ ਸ਼ੁੱਧ ਗਹਿਣਿਆਂ ਦਾ, ਅਤੇ ਪਿਛਲੇ ਪਾਸੇ ਉਹਨਾਂ ਨੇ ਕਾਫੀ ਇੰਤਜ਼ਾਮ ਕੀਤਾ ਹਾਂਜੀ ਤਕਨੀਕੀ ਤੌਰ 'ਤੇ ਮਸ਼ੀਨਾਂ ਦਾ, ਔਜ਼ਾਰਾਂ ਦਾ, ਵੀ ਉਹ ਸਾਰੇ ਤੁਹਾਡੇ ਜਿਹੜੇ ਗਹਿਣੇ ਖਰਾਬ ਹੈ ਉਹਨਾਂ ਨੂੰ ਇੱਕਦਮ ਠੀਕ ਕਰਨ ਦਾ ਉਹਨਾਂ ਦੇ ਕੋਲ ਪ੍ਰਬੰਧ ਹੈ। ਅਤੇ ਦੂਸਰਾ ਇਹ ਹੈ ਜੀ ਵੀ ਚਾਂਦੀ ਦੇ ਗਹਿਣੇ ਕਿਉਂ, ਕਿਉਂਕਿ ਸੋਨੇ ਦਾ ਫੈਸ਼ਨ ਰਿਹਾ ਬਹੁਤ ਲੰਬਾ ਸਮਾਂ, ਪਰ ਹੁਣ ਅੱਜ ਕੱਲ੍ਹ ਇਹ ਚਿੱਟੇ ਸੋਨੇ ਤੋਂ ਬਾਅਦ ਹਾਂਜੀ ਪਲੈਟੀਨਮ ਤੋਂ ਬਾਅਦ ਇਹ ਸਿਲਵਰ ਦੀ ਗੱਲ ਜ਼ਿਆਦਾ ਚੱਲੀ ਹੋਈ ਹੈ। ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਆਰਟੀਫਿਸ਼ੀਅਲ ਗਹਿਣਿਆਂ ਦੀ ਕਾਫੀ ਗੱਲ ਚੱਲਦੀ ਰਹੀ ਹੈ। ਫਿਰ ਦਲਜੀਤ ਦੌੜਾ ਕਹਿੰਦੇ ਸੀਗੇ ਵੀ ਕਾਫੀ ਲੋਕਾਂ ਦੀ ਇਹ ਆ ਰਹੀ ਸੀ ਸਮੱਸਿਆ ਵੀ ਜਿਹੜਾ ਐਲਰਜੀ ਆ ਇਹ ਆਰਟੀਫਿਸ਼ੀਅਲ ਗਹਿਣਿਆਂ ਦੇ ਨਾਲ ਕਾਫੀ ਲੋਕ ਮਹਿਸੂਸ ਕਰਦੇ ਸੀ ਵੀ ਸਸਤਾ ਰੋਵੇ ਵਾਰ ਵਾਰ, ਅਤੇ ਫਿਰ ਹੁਣ ਚਾਂਦੀ ਦੇ ਗਹਿਣਿਆਂ ਦਾ ਟਰੈਂਡ ਹੈ ਜਿਹੜਾ ਉਹ ਇਸੇ ਕਰਕੇ ਹੀ ਇਹਨੇ ਦਿਨੀ ਚੱਲ ਰਿਹਾ। ਅਤੇ ਅਸੀਂ ਉਹਨਾਂ ਦੇ ਸ਼ੋਰੂਮ 'ਤੇ, ਕਿਉਂਕਿ ਲੋਹੜੀ ਆ ਰਹੀ ਹੈ ਅਤੇ ਉਹਨਾਂ ਨੇ ਸਾਨੂੰ ਅੱਜ ਜੋ ਜਾਣਕਾਰੀ ਭੇਜੀ ਆ ਵੀ ਲੋਹੜੀ ਦੇ ਮੌਕੇ 'ਤੇ ਉਹਨਾਂ ਨੇ ਵਿਸ਼ੇਸ਼ ਕਾਫੀ ਸਾਰੀਆਂ ਅਨਾਊਂਸਮੈਂਟਸ ਜਿਹੜੀਆਂ ਉਹ ਕੀਤੀਆਂ ਨੇ। ਸੋ ਲੋਹੜੀ ਦੇ ਮੌਕੇ 'ਤੇ ਜੀ ਖਾਸ ਤੌਰ 'ਤੇ ਵੀ ਜੇ ਤੁਸੀਂ ਜਾਂਦੇ ਹੋ ਨਿਊ ਸਿਲਵਰ ਸ਼ੋਪ 'ਤੇ, ਇੱਕ ਜੇ ਤੁਸੀਂ ਉਹਨਾਂ ਕੋਲੋਂ ਨੈਕਲੈਸ ਲੈਂਦੇ ਹੋ ਅਤੇ ਫਿਰ ਉਸ ਦੇ ਨਾਲ ਹੀ ਉਹ ਤੁਹਾਨੂੰ ਪਾਇਲ ਦਾ ਜਿਹੜਾ ਸੈੱਟ ਹੈ ਜੋੜਾ ਉਹ ਬਿਲਕੁਲ ਫਰੀ ਦੇ ਦੇਣਗੇ। ਸੋ ਇਸ ਤਰ੍ਹਾਂ ਦੀਆਂ ਉਹਨਾਂ ਦੇ ਕੋਲ ਲੋਹੜੀ ਦੇ ਮੌਕੇ 'ਤੇ ਜੋ ਦਿਲਕਸ਼ ਉਹਨਾਂ ਨੇ ਡੀਲਸ ਲਗਾਈਆਂ, 20% ਡਿਸਕਾਊਂਟ ਹੈ ਜਿਹੜਾ ਇਹ ਔਲ ਸਿਲਵਰ ਜੁਐਲਰੀ 'ਤੇ ਲੋਹੜੀ ਤੱਕ ਜਾਰੀ ਰਹੇਗਾ, 20% ਦਾ ਡਿਸਕਾਊਂਟ। ਅਤੇ ਇਸ ਦੇ ਨਾਲ ਹੀ ਜੀ ਵੀ ਜਿਹੜੇ ਆਮ ਤੌਰ 'ਤੇ ਬੇਬੀ ਗਰਲਸ ਨੇ, ਛੋਟੇ ਛੋਟੇ ਬੱਚੇ, ਉਹਨਾਂ ਦੇ ਲਈ ਵੀ ਸਿਲਵਰ ਦੇ ਜਿਹੜੇ ਚਾਂਦੀ ਦੇ ਵਿਸ਼ੇਸ਼ ਗਹਿਣੇ ਹਾਂਜੀ ਉਹ ਇਹਨਾਂ ਦੇ ਕੋਲ ਸਾਰਾ ਬਣਾਉਣ ਦੀ ਬਕਾਇਦਾ ਪਰਮਿਸ਼ਨ ਹੈ। ਸੋ ਇਹ ਜਾ ਕੇ ਤੁਸੀਂ ਨਿਊ ਸਿਲਵਰ ਸ਼ੋਪ 'ਤੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਦਿਲਜੀਤ ਚੌੜਾ ਦੇ ਕੋਲੋਂ ਤਾਂ ਟੈਲੀਫੋਨ ਨੰਬਰ ਅਸੀਂ ਉਹਨਾਂ ਦਾ ਤੁਹਾਨੂੰ ਦਿੰਦੇ ਹਾਂ ਜੋ ਕਿ ਹੈ 905-799-6700 ਟੈਲੀਫੋਨ ਨੰਬਰ, 905-799-6700 ਟੈਲੀਫੋਨ ਨੰਬਰ। ਪ੍ਰੋਗਰਾਮ ਦੇ ਚੱਲਦੇ ਹਾਂ। ਨਿਊ ਸਿਲਵਰ ਸ਼ੋਪ ਦਾ ਜੋ ਬਕਾਇਦਾ ਮੈਸੇਜ ਹੈ
वो भी चलता रहिंदा। सो तुसी कदे भी जो टैलीफोन नंबर है उन्हां दा उन्हां दे मैसेज दे विच्चों भी तुसी नोट कर सकते हो। सो नवें साल दे नाल संबंधित अगे चल के हाँ जी करदे आ तुहाडी सेवा दे विच सवाल पेश, ते फिर जानना चाहवांगे भी की है उहदा जवाब तुहाडे विचार दे मुताबक। ते जे ठीक जवाब फर्ज़ करो तुहानूं इकदम ना भी औड़दा होया ते लगदा भी उस सवाल दे जवाब दे रूप दे विच तुसी कई कुछ कह सकोगे, जिस तों कि कई सारे इशारे चंगे साडे दर्शकां नूं मिल सकदे आ। यही मुख जो मकसद है इस प्रोग्राम दा होया करदा। मौसम की गल करनी हो तो प्रोग्राम दे विच दस दिए जी भी अज तापमान जो महसूस किया जा रहा वह तो कहा जा रहा भी मनफी भी 21 डिग्री सेंटीग्रेड के आसपास है। जमाओ दर्जे तो फ्रीजिंग पॉइंट तो काफ़ी डिकलाइन किया हुआ टैंपरेचर ये अजी भी टैंपरेचर हैगा तो वैसे मनफी 10-15 सेंटीग्रेड के आसपास है। जी टी ए दे एरिया दे विच काफ़ी जो शीतलहर तेज़ है, ठंडी हवा ये बग रही है अपने जोबन ते, इस हवा ने अजे अगले दिनों के दौरान वगदे रहना है जी। अजे कहा गया वातावरण के माहिरां दे वल्लों, जिस करके कि भाई ये अपील की गई है क्योंकि मार्च 2014 तो बाद इन्नी ठंड का समा यह जी टी ए दे विच हुण पहली बारी आया। सो समुचे कनेडा दे विच वैसे यह जिहड़ा सर्द रुत्त दा हुण ठंड का मौसम है ये अपने जोबन ते है। सो इस मौसम के खास तौर पर जी सावधानी वरतन वाली तो गल यही है भी तुसी इस ठंड तो इस हवा तो बचने की कोशिश करना। तो इस दे नाल ही पर यह अजी भेजे तुसी निगे निगे घर परमात्मा अकाल पुरख सच्चे पातशाह दे वल्लों तुहानू नियामत मिली हुई है, क्योंकि एक बंदे की ठंड नाल टोरंटो दे विच मौत भी हो चुकी है अज है ना। उहदे कोल कोई जगह नहीं सी पैण नू, कोई जगह नहीं सी सौण नू, कोई जगह नहीं सी सिर लुकोण नू, तां किसी रात नू पार्क किए हुए डिलीवरी ट्रक के उस बंदे ने अपना रात कट्टण दे लई उहदे विच जा के लम्मा पै गया, तो वह लम्मा पिया ही उत्थे रह गया ठंड दे विच हां जी, आकड़ ही गया मुड़ के नहीं उठिया। 60 साल का बंदा सीगा। सो जदों वो देखिया डिलीवरी ट्रक वाले ने आके उहनूं फिर लगाए होस्पिटल एमरजेंसी वाले, थोड़ा बहुत उत्थे देखिया भी साह ते आ ही नहीं सी रहा। सो ठंड दे नाल बंदा आकड़ गया। सो कहण दा मतलब यह है भी जे अकाल पुरख परमात्मा ने बख्शिश किए आ ये हीट वाले निघे घर, तो फिर वो रेंद्या होया आनंद माणद्या होया सारा कुछ खांद्या पीद्या अजिहा करना भी कोई नवे नवे चंद ना चाड़ना, जिमें कि तुहानूं पता ही है ब्रैम्पटन दे विच फड़िया गया सी बंदा 16वीं मंजिल ते है जी, कोंडो अपने दे विच सारी मशीनरी लाई हुई है भी नशे दीयां गोलियां जां जो भी वो नशियां दे सानूं नाम भी नहीं आउंदे जिहड़े वो बनाउण दीयां फैक्टरियां लोग घरां दे विच ला लैंदे आ, कमाल है। सो अजकल मिल्टन की जेल दे विच भी पता लग रहा जी भी काफ़ी गिणती वध रही है साडे पंजाबी मुंडियां दी है जी, नशे वेचते जिहड़े फड़ होए हुए हैं, तो अंदर उन्हां दे हालात कोई बहुते चंगे नहीं, किसी नूं 10 साल कैद किसी नूं कुछ कैद है जी। तो दूसरा ये है जी फिर वो नशियां दी लत दे विच एक बार जो पै जांदे आ तो फिर निकलना बहुत औखा हुंदा, अंदर भी कुटकटापे काफ़ी हुंदे आ, अंदर भी कई तरह का माहौल है। ये कनेडा दीयां जेलां दे विच भी हर एक देश की जेल दे विच वैसे तो कोई सुखावां बहुता वधिया ये नहीं हैगा भी इत्थे दीयां जेलां दे विच मौजां ही मौजां जी, इदां दी गल नहीं, मौजां करन नहीं दिंदे जिहड़े अंदर तरह तरह के वण वण की लकड़ी कट्ठी हुई है ना, जिस किस्म का जुर्म करके बाहरों व्यक्ति जाता तो उत्थे भी नशियां दी अंदर इस किस्म का भरमार चलाई हुई है। कुछ लोगों ने पहुँच के उत्थे भी उन्होंने बाहर भी कॉन्टैक्ट्स है, बाहरों ही पैसे जोड़े उन्होंने अकाउंट में जमा होंगे, तो अंदर तक जी सूंघन वाली गोली है वह पाउडर किसी ना किसी रूप के पहुँच जाता। सो इदा दलों बात भी जेलों के पर लेकिन के आप आए हैं इतने कुछ चंगा कर इस मुल्क इस मुल्क आके जोड़ा व्यक्ति जेल के चला जाता मैं समझदा जी भी उहदे नाल वड्डा बदकिस्मत होर व्यक्ति की हो सकता भी कनेडा दुनिया दे विच नंबर एक रहन सहन पक्षों मनुखां दे देश होवे, इत्थों दे पहलियां लोकां ने बनाया है जी, जिन्हां दी कोई अजिही सोच सीगी जिन्हां दे दिमाग दे विच एड्डी शक्ति सी कि इस मुल्क नूं दुनिया दा नंबर वन मुल्क बनाया, भावें कि हुण मगरों कुछ साल पहलां आए लोगों को लगता हुंदा भी साडे जिन्ना सियाणा ते कोई है ही नहीं है, ये लोग तो बेवकूफ़ है जी, सानूं ज़्यादा अकल आ जी, सब कुछ छड्ड के है जी भज्जे अपने मुल्क चों हुंदे आ ते आ के दूजिआं दे मुल्क दे विच जिन्हां दे उत्थे बैठे आपां सुपने लैंदे हुंदे आ भी चलीए चंगी जिंदगी जीण दे वास्ते, थोड़ी देर तों बाद लगदा भी नहीं ये तां लोक एवें ही आ, असीं ज़्यादा सियाणे आ, असीं ज़्यादा सियाणे हुंदे तां सानूं भज्जणा नहीं सी पैणा उत्थों है ना जी, ये थोड़ा जिहा सानूं जरूर सोच लैणा चाहीदा। सो इस करके आ जी भी जिन्हां ने जिद्दां दा स्कूल दा विद्या दा सिस्टम बना के इस मुल्क नूं दुनिया दा नंबर वन मुल्क बनाया सीगा
ਅਤੇ ਫਿਰ ਉਹ ਚੀਜ਼ ਕਾਰਗਰ ਸੀਗੀ ਅਤੇ ਤਦੇ ਸਾਨੂੰ ਉੱਥੇ ਬੈਠਿਆਂ ਲੱਗਦਾ ਸੀ ਇਹਨਾਂ ਦਾ ਮੁਲਕ ਚੰਗਾ, ਉੱਥੇ ਪੜ੍ਹਦੇ ਹਾਂ ਉੱਥੇ ਪਹਾੜੇ ਯਾਦ ਕਰਦੇ ਹਾਂ ਸਾਡਾ ਕੀ ਬਣਿਆ ਹੈ ਜੀ, ਵੀ ਜੇ ਪਹਾੜਿਆਂ ਨੇ ਨੇਰਾ ਕੰਮ ਕਰਨਾ ਹੁੰਦਾ ਤਾਂ ਫਿਰ ਸਾਨੂੰ ਬਥੇਰੇ ਆਉਂਦੇ ਆ, ਆਪਾਂ ਉੱਥੇ ਵਰਤ ਲੈਂਦੇ। ਇੱਥੇ ਆ ਕੇ ਅਸੀਂ ਪਰ ਸ਼ਿਕਾਇਤ ਕਰਦੇ ਹਾਂ ਵੀ ਜੀ ਇਹਨਾਂ ਨੂੰ ਪਹਾੜੇ ਨਹੀਂ ਆਉਂਦੇ, ਸਾਨੂੰ ਤਾਂ ਪਹਾੜੇ ਬਹੁਤ ਆਉਂਦੇ ਆ, ਇਹੋ ਜਿਹੀ ਕੋਈ ਗੱਲ ਨਹੀਂ। ਸੋ ਇਸ ਕਰਕੇ ਅੱਜ ਭਈ ਇਹਨਾਂ ਨੇ ਜਿਹੋ ਜਿਹੇ ਸਕੂਲ ਆਪਣੇ ਬਣਾਏ ਸੀ ਉਹਨਾਂ ਦੇ ਵਿੱਚੋਂ ਪੜ੍ਹ ਪੜ੍ਹ ਕੇ ਹੀ, ਉਹਨਾਂ ਦੇ ਵਿੱਚੋਂ ਹੀ ਉੱਠ ਉੱਠ ਕੇ ਇਹਨਾਂ ਲੋਕਾਂ ਨੇ ਆਪਣੇ ਮੁਲਕ ਨੂੰ ਦੁਨੀਆ ਦਾ ਨੰਬਰ ਇੱਕ ਦੇਸ਼ ਬਣਾਇਆ ਸੀ। ਸਾਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ। ਅਤੇ ਆਪਾਂ ਜਿਹੜੇ ਆਪਣੇ ਪਹਾੜਿਆਂ 'ਤੇ ਹਾਂਜੀ ਅਲਜਬਰੇ 'ਤੇ ਬੜਾ ਮਾਣ ਕਰਦੇ ਹਾਂ ਅਤੇ ਆਪਾਂ ਤਾਂ ਭੱਜੇ ਹੋਏ ਹਾਂ ਆਪਣਾ ਦੇਸ਼ ਛੱਡ ਕੇ, ਇਹ ਜ਼ਰੂਰ ਥੋੜ੍ਹਾ ਜਿਹਾ ਆਪਣੇ ਮਨ ਦੇ ਵਿੱਚ ਵਿਚਾਰ ਰੱਖਣਾ ਚਾਹੀਦਾ। 416-640-0200 ਪ੍ਰੋਗਰਾਮ ਵਿੱਚ ਟੈਲੀਫੋਨ ਨੰਬਰ ਰਹੇਗਾ ਜੀ। ਬਾਕੀ ਹੈ ਜੀ ਵੀ ਇਹ ਲੁੱਟਾਂ ਦੀਆਂ, ਮਾਰਾਂ ਦੀਆਂ, ਕਤਲਾਂ ਦੀਆਂ, ਚਾਕੂਆਂ ਦੀਆਂ, ਗੋਲੀਆਂ ਦੀਆਂ, ਗਨਸ ਦੀਆਂ ਵਾਰਦਾਤਾਂ ਦੇ ਬਾਰੇ 'ਚ ਜਿਹੜੀ ਅਸੀਂ ਕਦੇ ਕਦੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਹਾਂ, ਇਹ ਠੀਕ ਹੈ ਕਿ ਵੀ ਇਹ ਕੋਈ ਬਹੁਤੀ ਜਾਂ ਮਨੋਬਲ ਨੂੰ ਉੱਚਾ ਚੁੱਕਣ ਵਾਲੀਆਂ ਖਬਰਾਂ ਨਹੀਂ ਹੁੰਦੀਆਂ ਘਟਨਾਵਾਂ, ਪਰ ਦੂਜੇ ਪਾਸੇ ਹੈ ਜੀ ਵੀ ਇਹ ਹੱਡ ਚੀਰਮੀ ਠੰਡ ਦੇ ਵਿੱਚ ਜੇ ਤੁਸੀਂ ਨਿੱਘੇ ਘਰਾਂ ਦੇ ਵਿੱਚ ਬੈਠੇ ਹੋ, ਟੈਲੀਵਿਜ਼ਨ ਚੱਲ ਰਿਹਾ ਤੁਹਾਡੇ ਅੱਗੇ ਅਤੇ ਆਰਾਮ ਹੀ ਆਰਾਮ ਹੈ, ਆਨੰਦ ਹੀ ਆਨੰਦ ਹੈ, ਅਤੇ ਫਿਰ ਥੋੜ੍ਹਾ ਜਿਹਾ ਇਹ ਆ ਵੀ ਘਰੋਂ ਬਾਹਰ ਪੈਰ ਪੱਟਦਿਆਂ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ, ਉਹਨਾਂ ਦਾ ਤੁਹਾਨੂੰ ਥੋੜ੍ਹਾ ਬਹੁਤਾ ਅਭਾਵ ਰਵੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ। ਇਸ ਕਰਕੇ ਇਹਨਾਂ ਘਟਨਾਵਾਂ ਦਾ ਜ਼ਿਕਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਦੇ ਕਦੇ ਕਰਿਆ ਕਰਦੇ ਹਾਂ ਹੈ ਜੀ। ਪਰ ਲੇਕਿਨ ਕਿ ਇਹ ਹੈ ਜੀ ਫਿਰ ਕਈ ਵਾਰੀ ਬਾਅਦ ਦੇ ਵਿੱਚ ਆਪਾਂ ਕਹਿੰਦੇ ਕਿ ਲਓ ਜੀ ਇੱਥੇ ਆ ਕੇ ਕੈਨੇਡਾ ਦੇ ਵਿੱਚ ਮੇਰੇ ਨਾਲ ਤਾਂ ਇੱਦਾਂ ਹੋ ਗਿਆ, ਮੈਨੂੰ ਤਾਂ ਪਤਾ ਨਹੀਂ ਸੀਗਾ, ਪਤਾ ਹੁੰਦਾ ਤਾਂ ਐਂ ਕਰ ਲੈਂਦੇ, ਪਤਾ ਹੁੰਦਾ ਤਾਂ ਉਸ ਤਰੀਕੇ ਨਾਲ ਕਰ ਲੈਂਦੇ। ਸੋ ਇਹੀ ਆ, ਇਸੇ ਕਰਕੇ ਹੀ ਆ ਵੀ ਜ਼ਰੂਰੀ ਨਹੀਂ ਗਾ ਵੀ ਅਸੀਂ ਇਸ ਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀ ਕਿਹਾ, ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ, ਨਰਿੰਦਰ ਮੋਦੀ ਹੋਣਾ ਦਾ ਕੀ ਐਲਾਨ ਆ ਵੀ ਇਹ 90 ਮਿੰਟ ਕਰ ਕਰਾ ਕੇ ਅਤੇ ਅਸੀਂ ਚਲੇ ਜਾਈਏ ਅਤੇ ਤੁਹਾਡਾ ਵੀ ਵਾਹਵਾ ਕੰਨ ਰਸ ਜਿਹੜਾ ਬਣਿਆ ਰਹੇ, ਇਹ ਜਿਹੜਾ ਸਿਰਫ ਮਕਸਦ ਨਹੀਂ ਗਾ ਜੀ। ਸੋ ਇਸ ਪ੍ਰੋਗਰਾਮ ਨੂੰ ਅਸੀਂ ਖਾਸ ਤੌਰ 'ਤੇ ਥੋੜ੍ਹਾ ਜਿਹਾ ਇੱਦਾਂ ਦਾ ਹੀ ਉਲੀਕਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਮੁਲਕ ਦੇ ਵਿੱਚ ਆਪਣਾ ਸਾਰਾ ਡੇਰਾ ਡੰਡਾ ਪੱਟ ਕੇ ਆਪਾਂ ਇੱਥੇ ਆਏ ਹੋਏ ਹਾਂ ਵੀ ਥੋੜ੍ਹਾ ਬਹੁਤਾ ਇੱਥੇ ਕੀ ਹੋ ਰਿਹਾ ਉਹਦੀ ਵੀ ਗੱਲਬਾਤ ਕਰਦੇ ਰਹੀਏ। ਅਤੇ ਇਸ ਦੇ ਨਾਲ ਇਹ ਹੈ ਜੀ ਵੀ ਮਤਲਬ ਥੋੜ੍ਹਾ ਜਿਹਾ ਇੱਥੋਂ ਦੇ ਮਾਹੌਲ ਦੇ ਲਿਹਾਜ਼ ਦੇ ਨਾਲ ਸਵਾਲ ਵਾਲਾ ਜਿਹੜਾ ਸੈਗਮੈਂਟ ਹੈ ਜਿਸ ਦਾ ਤੁਸੀਂ ਜਵਾਬ ਦੇਣਾ ਹੁੰਦਾ ਉਹ ਵੀ ਅਸੀਂ ਤਦੇ ਇਸ ਤਰੀਕੇ ਦਾ ਉਲੀਕਦੇ ਹਾਂ ਵੀ ਥੋੜ੍ਹਾ ਬਹੁਤਾ ਤੁਹਾਨੂੰ ਹੈ ਜੀ ਇੱਥੋਂ ਦੇ ਮਾਹੌਲ ਦਾ ਉਹ ਸਵਾਲ ਦੇ ਜਵਾਬਾਂ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਆਈਡੀਆ ਹੁੰਦਾ ਰਹੇ। ਸਾਲ ਭਾਵੇਂ ਬਹੁਤਾ ਪੁਰਾਣਾ ਨਹੀਂ ਹੋਇਆ ਪਰ ਲੇਕਿਨ ਕਿ ਵੀ ਇਹ ਸਾਲ ਦੇ ਨਾਲ ਹੀ ਅੱਜ ਨਵੇਂ ਸਾਲ ਦੇ ਨਾਲ ਸੰਬੰਧਿਤ ਸਵਾਲ ਆ। ਸਵਾਲ ਬੜਾ ਸਾਦਾ ਹਰ ਵਾਰ ਦੀ ਤਰ੍ਹਾਂ ਸਿੰਪਲ ਹੈ ਜੀ, ਜਿਹਨੂੰ ਸੁਣ ਕੇ ਕੋਈ ਨਾ ਕੋਈ ਜਵਾਬ ਤੁਹਾਨੂੰ ਜ਼ਰੂਰ ਮਨ ਦੇ ਵਿੱਚ ਔੜਦਾ ਹੁੰਦਾ। ਅਤੇ ਦੂਜਾ ਇਹ ਹੈ ਵੀ ਜ਼ਰੂਰੀ ਨਹੀਂ ਤੁਸੀਂ ਸਵਾਲ ਦਾ ਜਵਾਬ ਠੀਕ ਹੀ ਦੇਣਾ ਹੈ ਜੀ, ਪ੍ਰੋਗਰਾਮ ਦੇ ਵਿੱਚ ਆ ਕੇ ਤੁਸੀਂ ਜਵਾਬ ਦੇ ਰੂਪ ਦੇ ਵਿੱਚ ਜੋ ਵੀ ਕੁਝ ਕਹੋ ਹੈ ਨਾ, ਉਸ ਤੁਹਾਡੇ ਕਈਆਂ ਹੋਈਆਂ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਦੇ ਲਈ ਕਾਫੀ ਲਾਹੇਵੰਦ ਹੁੰਦੀਆਂ। ਸੋ ਜਿਹੜੇ ਸਾਡੇ ਰੈਗੂਲਰ ਲਿਸਨਰਸ ਹੈਗੇ ਆ ਹਾਂਜੀ, ਸਾਡੇ ਪੱਕੇ ਸਰੋਤਾ ਹਨ ਇਸ ਪ੍ਰੋਗਰਾਮ ਦੇ ਜੁੜੇ ਹੋਏ ਦੂਰ ਦੂਰ ਤੱਕ, ਜਿਹੜੇ ਕਿ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਆ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੇ ਹਾਂ ਕਿਉਂਕਿ ਇਹ ਤੁਹਾਡੇ ਸਾਥ ਕਰਕੇ ਹਾਂਜੀ, ਤੁਹਾਡੀਆਂ ਕਈਆਂ ਹੋਈਆਂ ਗੱਲਾਂ ਕਰਕੇ ਹੋਰ ਲੋਕਾਂ ਨੂੰ ਇਹ ਪ੍ਰੋਗਰਾਮ ਕਾਫੀ ਪਸੰਦ ਆਉਂਦਾ ਜੀ। ਸੋ ਵੱਡੀ ਤਾਦਾਦ ਦੇ ਵਿੱਚ ਇਸੇ ਤਰੀਕੇ ਦੇ ਨਾਲ ਅਸੀਂ ਚਾਹਾਂਗੇ ਵੀ ਅੱਜ ਨਿਊਜ਼ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਰੱਖਿਆ ਗਿਆ ਜੋ ਤੁਹਾਡੇ ਲਈ ਵੱਡਾ ਸਾਰਾ ਹੈ ਜੀ, ਇੱਕ ਔਂਸ ਸ਼ੁੱਧ ਚਾਂਦੀ ਦਾ ਸਿੱਕਾ ਉਹ ਤੁਸੀਂ ਲੈ ਲਵੋ ਅੱਜ ਵਿਜੇਤਾ ਹੋ ਕਰਕੇ ਅੱਗੇ ਚੱਲ ਕੇ ਪ੍ਰੋਗਰਾਮ 'ਚ, ਜਦੋਂ ਕਿ ਫਿਰ ਟੈਲੀਫੋਨ ਨੰਬਰ ਸਾਡਾ ਰਹੇਗਾ ਪ੍ਰੋਗਰਾਮ 'ਚ ਆਉਣ ਦੇ ਲਈ 416-640-0200 ਟੈਲੀਫੋਨ ਨੰਬਰ। ਮੌਸਮ ਨੇ ਅਗਲੇ ਦਿਨ ਠੰਡੇ ਹੀ ਰਹਿਣਾ, ਕੱਲ੍ਹ ਨੂੰ ਟੈਂਪਰੇਚਰ ਜਿਹੜਾ ਇਹ ਇੱਕਦਮ ਅੱਜ ਵਾਂਗ ਕਾਫੀ ਫਰੀਜ਼ਿੰਗ ਰਹਿਣ ਦੀ ਸੰਭਾਵਨਾ, ਅਤੇ ਕੱਲ੍ਹ ਨੂੰ ਕਿਤੇ ਕਿਤੇ ਜਿਹੜੀ ਸਵੇਰੇ ਅਤੇ ਸ਼ਾਮ ਨੂੰ ਰਾਤ ਨੂੰ ਬਰਫ਼ ਵੀ ਪੈਣ ਦੀ ਸੰਭਾਵਨਾ ਹੈ। ਦਿਨ ਵੇਲੇ ਟੈਂਪਰੇਚਰ ਲੇਕਿਨ ਕਿ ਕਾਫੀ ਠੰਡਾ ਰਹੇਗਾ। ਉਸ ਤੋਂ ਬਾਅਦ ਅਗਲੇ 3-4 ਦਿਨ ਲਗਾਤਾਰ ਜਿਹੜਾ ਤਾਪਮਾਨ ਇਹ ਫਰੀਜ਼ਿੰਗ ਪੁਆਇੰਟ ਤੋਂ ਥੱਲੇ ਹੀ ਦਰਜ ਕੀਤਾ ਜਾਣਾ, ਜਿਸ ਕਰਕੇ ਵੀ ਅਸੀਂ ਸਦਾ ਇਹ ਪ੍ਰੋਗਰਾਮ ਦੇ ਵਿੱਚ ਪਹਿਲਾਂ ਕੰਪੀਟੀਸ਼ਨ ਵਾਲਾ ਸੈਗਮੈਂਟ ਵੈਸੇ ਕਰ ਚੁੱਕੇ ਹਾਂ ਵੀ ਇਹ ਠੰਡ ਤੋਂ ਬਚਾਅ ਦੇ ਲਈ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਆ। ਕੋਈ ਜ਼ਰੂਰੀ ਨਹੀਂ ਵੀ ਤੁਸੀਂ ਰਜਾਈ ਵਾਂਗੂ ਮੋਟੇ ਹੈ ਜੀ ਪਾ ਕੇ ਕੋਟ ਅਤੇ ਹੈ ਜੀ ਮਾਰ ਕੇ ਅਤੇ ਫਿਰੋਂ, ਇਹੋ ਜਿਹੇ ਭਾਰੇ ਕੱਪੜੇ ਪਾ ਕੇ ਕੋਈ ਜ਼ਰੂਰੀ ਨਹੀਂ। ਪਰ ਦੂਸਰੇ ਪਾਸੇ ਇਹ ਆ ਜੀ ਵੀ ਕੋਸ਼ਿਸ਼ ਜ਼ਰੂਰ ਕਰੋ ਕਿਉਂਕਿ ਇਹ ਗਰਮ ਕੱਪੜੇ ਪਾਉਣ ਦਾ ਮਕਸਦ ਠੰਡ ਤੋਂ ਬਚਾਅ ਹੁੰਦਾ, ਅਤੇ ਪਰ ਲੇਕਿਨ ਕਿ ਜੇ ਬਹੁਤ ਸਾਰਾ ਮੋਟਾ ਕੋਟ ਪਾ ਕੇ ਵੀ ਤੁਹਾਨੂੰ ਠੰਡ ਲੱਗ ਗਈ ਆ
ਹਾਂ ਜੀ, ਕਈ ਲੋਕ ਹੁਣ ਆਪਾਂ ਦੇਖਦੇ ਹਾਂ ਵੀ ਬੜਾ ਵਧੀਆ ਨਿੱਘਾ ਘਰ ਆ ਜੀ, ਟੈਲੀਵਿਜ਼ਨ ਅੱਗੇ ਲੱਗਾ ਆ ਜੀ, ਜੋ ਮਨ ਦੇ ਵਿੱਚ ਆਉਂਦਾ ਉੱਥੇ ਕਿਚਨ ਦੇ ਵਿੱਚ ਜਾ ਕੇ ਖਾ ਪੀ ਕੇ ਬਣਾ ਕੇ ਆਪਾਂ ਫਿਰ ਟੈਲੀਵਿਜ਼ਨ ਦੇ ਅੱਗੇ ਆ ਕੇ ਬੈਠ ਸਕਦੇ ਹਾਂ। ਏਡੀ ਅਕਾਲ ਪੁਰਖ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਈ ਹੋਈ ਆ, ਜਿਹੜਾ ਆਪਾਂ ਜਹਾਨ ਦੇ ਵਿੱਚ ਧਰਤੀ ਦੇ ਹੋਰ ਟੁਕੜਿਆਂ 'ਤੇ ਨਿਗਾਹ 'ਤੇ ਮਾਰ ਕੇ ਵੇਖੀਏ ਵੀ ਲੋਕਾਂ ਦੇ ਕੀ ਭਾਅ ਵਿਕਦੀ ਆ। ਅਫਰੀਕਾ ਦੇ ਵਿੱਚ ਦੇਖੋ ਤੁਸੀਂ, ਹੈ ਨਾ, ਇੱਕ ਇੱਕ ਕੈਨੀ ਪਾਣੀ ਦੀ ਲਿਆਉਣ ਦੇ ਲਈ ਬੱਚਿਆਂ ਤੱਕ ਨੂੰ ਕਿੰਨੇ ਕਿੰਨੇ ਕਿਲੋਮੀਟਰ ਰੋਜ਼ ਤੁਰਨਾ ਪੈ ਸਕਦਾ। ਜਲੰਧਰ ਵਰਗੇ, ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੀ ਤੁਸੀਂ, ਹੋ ਸਕਦਾ ਤੁਹਾਨੂੰ ਇੱਕ ਬਾਲਟੀ ਪਾਣੀ ਭਰਨ ਦੇ ਲਈ ਕਿੰਨੀ ਕਿੰਨੀ ਦੇਰ ਲਾਈਨ ਦੇ ਵਿੱਚ ਖੜ੍ਹਨਾ ਪਵੇ। ਕੈਨੇਡਾ ਦੇ ਵਿੱਚ ਇਹ ਹੈਗਾ ਵੀ ਘਰ ਨਿੱਘਾ ਆ, ਟੈਲੀਵਿਜ਼ਨ ਲੱਗਾ ਹੋਇਆ, ਅਤੇ ਜੇ ਦਿਲ ਕੀਤਾ ਤਾਂ ਕਿਚਨ 'ਚ ਭਾਵੇਂ ਅਸੀਂ ਹੱਥ ਧੋਣ ਲੱਗੇ, ਇੱਕ ਬਾਲਟੀ ਪਾਣੀ ਦੀ ਵਗਾ ਦਈਏ, ਸਾਨੂੰ ਕੌਣ ਆ ਰੋਕਣ ਵਾਲਾ, ਹੈ ਨਾ। ਇੱਕ ਪਾਸਿਓਂ ਟੂਟੀ ਖੋਲ੍ਹਾਂਗੇ ਗਰਮ ਪਾਣੀ ਆਉਣਾ, ਦੂਜੇ ਪਾਸਿਓਂ ਠੰਡਾ ਪਾਣੀ ਆਉਣਾ। ਸੋ ਇਹਨਾਂ ਨਿਯਮਤਾਂ ਨੂੰ ਅਸੀਂ ਥੋੜ੍ਹਾ ਜਿਹਾ ਮਹਿਸੂਸ ਤਾਂ ਕਰੀਏ, ਦੁਨੀਆ ਦੇ ਹੋਰ ਉਹਨਾਂ ਇਲਾਕਿਆਂ ਦੇ ਬਾਰੇ ਸੋਚ ਕੇ ਜਿੱਥੇ ਮਨੁੱਖਤਾ ਨੂੰ, ਜਿੱਥੇ ਲੋਕਾਂ ਨੂੰ ਇਹ ਸਾਰੀਆਂ ਸਹੂਲਤਾਂ ਪ੍ਰਾਪਤ ਨਹੀਂ, ਤਰਸ ਰਹੇ ਨੇ ਲੋਕ। ਸੋ ਕਈ ਵਾਰੀ ਸਾਰਾ ਕੁਝ ਮਿਲਦਿਆਂ ਵੀ ਸਾਡੀਆਂ ਸ਼ਿਕਾਇਤਾਂ ਦੀ ਲਿਸਟ ਕਾਫੀ ਲੰਬੀ ਹੁੰਦੀ ਆ। ਕੋਸ਼ਿਸ਼ ਪਰ ਆਪਾਂ ਕਰਨੀ ਆ ਵੀ ਇਹ ਸਾਰਾ ਕੁਝ ਅਸੀਂ ਸ਼ੁਕਰਾਨਾ ਵੀ ਕਰੀਏ, ਕਿਉਂਕਿ ਸ਼ੁਕਰਾਨਾ ਕਰਨ ਦੇ ਨਾਲ ਹੀ ਇਹ ਜਿਹੜੀਆਂ ਨਿਯਮਤਾਂ ਦੇ ਵਿੱਚ ਵਾਧਾ ਹੋਇਆ ਕਰਦਾ, ਬਰਕਤਾਂ ਪਿਆ ਕਰਦੀਆਂ ਨੇ। ਪਰ ਜੇ ਅਸੀਂ ਲਗਾਤਾਰ ਨਾਲੇ 'ਤੇ ਮਾਣੀ ਜਾ ਰਹੇ ਹਾਂ ਸਭ ਕੁਝ, ਹੈਂਜੀ, ਇਹ ਦੁੱਧ ਦੀਆਂ ਵਗਦੀਆਂ ਨਦੀਆਂ ਦਾ ਸਵਾਦ ਵੀ ਚੱਖੀ ਜਾ ਰਹੇ ਹਾਂ, ਨਾਲ ਸ਼ਿਕਾਇਤਾਂ ਵੀ ਕਰੀ ਜਾ ਰਹੇ ਹਾਂ ਅਤੇ ਵੀ ਅਸੀਂ ਤਾਂ ਇੱਥੇ ਐਵੇਂ ਹੀ ਆ ਗਏ, ਇਹ ਤਾਂ ਕੋਈ ਐਡੀ ਗੱਲ ਹੀ ਨਹੀਂ ਸੀ। ਸੋ ਇੱਦਾਂ ਨਾ ਆਪਾਂ ਕਰੀਏ, ਕਿਉਂਕਿ ਅਹਿਸਾਨ ਫਰਾਮੋਸ਼ ਅਸੀਂ ਕਹਾਵਾਂਗੇ ਜੇ ਇੱਦਾਂ ਕਰਾਂਗੇ। ਅਤੇ ਅਹਿਸਾਨ ਫਰਾਮੋਸ਼ ਦੇ ਬਾਰੇ 'ਚ ਤੁਹਾਨੂੰ ਪਤਾ ਹੀ ਹੈ, ਗੁਰਬਾਣੀ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ ਵੀ ਫਿਰ ਧਰਤੀ ਭਾਰ ਨਹੀਂ ਚੱਲਦੀ, ਅਹਿਸਾਨ ਫਰਾਮੋਸ਼ ਨਹੀਂ ਅਸੀਂ ਹੋਣਾ। ਅਹਿਸਾਨ ਫਰਾਮੋਸ਼ ਉਹ ਵਿਅਕਤੀ ਹੈ ਜਿਹੜਾ ਕਿ ਇਸ ਤਰੀਕੇ ਦੇ ਨਾਲ, ਹੈਂਜੀ, ਮਿਲੀਆਂ ਹੋਈਆਂ ਸਹੂਲਤਾਂ, ਮਿਲੇ ਹੋਈਆਂ ਕਹਿ ਲਓ ਕਿ ਕਿਸੇ ਦੇ ਅਹਿਸਾਨ ਕਰਕੇ ਸੁੱਖਾਂ ਨੂੰ, ਪਹਿਲਾਂ ਤਾਂ ਤਰਲੇ ਕਰੀ ਜਾਣ ਲੋਕ, ਹੈ ਨਾ ਜੀ, ਵੀ ਮੇਰੇ ਲਈ ਇੱਦਾਂ ਕਰ ਦਿਉ, ਅਤੇ ਪਰ ਜਦੋਂ ਕੋਈ ਕਰ ਦੇਵੇ ਤਾਂ ਫਿਰ ਕਹਿਣਾ ਲਓ ਜੀ ਇਹ ਤਾਂ ਕੋਈ ਐਡੀ ਗੱਲ ਹੀ ਨਹੀਂ ਸੀ, ਮੈਂ ਆਪੇ ਕਰ ਲੈਣਾ ਸੀ। ਸੋ ਉਹ ਅਹਿਸਾਨ ਫਰਾਮੋਸ਼ੀ ਆ, ਇਸ ਤਰ੍ਹਾਂ ਦਾ ਜਿਹੜਾ ਸੁਭਾਅ ਆ। ਤੁਸੀਂ ਅਜੇ ਇੱਕ ਕਾਲ ਪ੍ਰੋਗਰਾਮ ਦੇ ਵਿੱਚ ਨਾ ਕਰੋ, ਅਸੀਂ ਤੁਹਾਡਾ ਇੱਕ ਤਾਂ ਤੁਹਾਨੂੰ ਭਾਰਤ ਵੀ ਲੈ ਕੇ ਚੱਲਣਾ ਪ੍ਰੋਗਰਾਮ ਦੇ ਵਿੱਚ, ਅਤੇ ਭਾਰਤ ਵੀ ਗੱਲ ਕਰਾਵਾਂਗੇ, ਅਤੇ ਤੁਸੀਂ ਵੀ, ਲੇਕਿਨ ਕਿ ਕੰਪੀਟੀਸ਼ਨ ਵਾਲੇ ਸੈਗਮੈਂਟ ਦੇ ਵਿੱਚ ਜਦੋਂ ਅਸੀਂ ਇਨਾਮ ਵਾਲਾ ਸਿੱਕਾ ਤੁਹਾਡੀ ਸੇਵਾ ਦੇ ਵਿੱਚ ਦਲਜੀਤ ਜੌੜਾ ਹੁਣਾਂ ਦੇ ਸਹਿਯੋਗ ਦੇ ਨਾਲ ਪੇਸ਼ ਕਰਾਂਗੇ ਨਿਊ ਸਿਲਵਰ ਸ਼ੌਪ ਤੋਂ, ਅਤੇ ਫਿਰ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਆ ਜਾਣਾ। ਅਤੇ ਇਹ ਆ ਜੀ ਵੀ ਅਸੀਂ ਕੋਸ਼ਿਸ਼ ਕਰਨੀ ਆ ਕਿ ਇੱਕ ਕੁਝ ਕੁ ਸੰਦੇਸ਼ ਲੈ ਕੇ ਉਸ ਤੋਂ ਬਾਅਦ ਫਿਰ ਅਸੀਂ ਭਾਰਤ ਚੱਲਾਂਗੇ, ਭਾਰਤ ਜਾਣ ਤੋਂ ਬਾਅਦ ਫਿਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਸਵਾਲ ਲੈ ਕੇ ਆਵਾਂਗੇ, ਅਤੇ ਫਿਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਓਗੇ। ਇਹ ਅਸੀਂ ਖਬਰ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਪੇਸ਼ ਕਰਨਾ ਚਾਹੁੰਦੇ ਹਾਂ, ਕਿਉਂਕਿ ਵੀ ਜਦੋਂ ਭਾਰ ਗਰਮੀਆਂ ਦਾ ਮੌਸਮ ਆਉਂਦਾ ਉਦੋਂ ਇੱਦਾਂ ਹੁੰਦਾ ਵੀ, ਹਾਂਜੀ, ਅਸੀਂ ਹੁਣ ਜੀ ਗਰਮੀ ਤੋਂ ਬਚਣਾ ਅਤੇ ਝੀਲ ਦੇ ਵਿੱਚ ਨਹਾਉਣਾ, ਜਾ ਕੇ ਦਰਿਆ ਦੇ ਵਿੱਚ ਡੁਬਕੀਆਂ ਲਾਉਣੀਆਂ। ਉੱਥੇ ਕਈ ਲੋਕ ਡੁੱਬ ਕੇ ਮਰ ਜਾਂਦੇ ਆ ਕਿਉਂਕਿ ਤਰਨ ਜੋਗੇ ਹੁੰਦੇ ਨਹੀਂ, ਕਈ ਉਹ ਡੁੱਬਣ ਲੱਗਿਆਂ ਨੂੰ ਬਚਾਉਣ ਲੱਗਿਆਂ ਮਰ ਜਾਂਦੇ ਆ, ਇੱਦਾਂ ਦੀਆਂ ਬੜੀਆਂ ਘਟਨਾਵਾਂ ਵਾਪਰਦੀਆਂ। ਪਰ ਹੁਣ ਕਮਾਲ ਦੀ ਗੱਲ ਇਹ ਆ ਵੀ ਟੈਂਪਰੇਚਰ ਤਾਂ ਤੁਹਾਡੇ ਸਾਹਮਣੇ ਹੀ ਆ ਜਿੰਨਾ ਕੁ ਵੀ ਹੈਗਾ, ਇਹਦੇ ਵਿੱਚ ਹੁਣ ਕੋਈ ਝੀਲ ਦੇ ਵਿੱਚੋਂ ਮੱਛੀਆਂ ਫੜਨ ਚਲਾ ਜਾਵੇ ਇੱਥੇ ਕੈਨੇਡਾ ਦੇ ਵਿੱਚ, ਹਾਂਜੀ, ਅਤੇ ਮੱਛੀਆਂ ਫੜਨ ਗਿਆ ਬੰਦਾ ਝੀਲ ਦੇ ਠੰਡੇ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਏ, ਇਹ ਖਬਰ ਹੈ। ਓਸ਼ੋਵਾ ਤੋਂ ਨੌਰਥ ਵਾਲੇ ਪਾਸੇ ਨੂੰ ਪੋਰਟ ਪੈਰੀ ਝੀਲ ਦੇ ਕੰਢੇ 'ਤੇ ਛੋਟਾ ਜਿਹਾ ਕਸਬਾ, ਅਤੇ ਉਸ ਕਸਬੇ ਦੇ ਵਿੱਚ ਉਹ ਜਿਹੜੀ ਝੀਲ ਹੈ ਸਕੂਗਾ ਲੇਕ ਉਹਨੂੰ ਕਹਿੰਦੇ ਆ, ਉਹ ਜੰਮੀ ਪਈ ਹੈ, ਫਰੀਜ਼ ਹੋਈ ਹੋਈ ਹੈ। ਇੱਥੋਂ ਤੁਸੀਂ ਜਾਓਗੇ ਨਾ ਟਰਾਂਟੋ ਤੋਂ ਨੌਰਥ ਵਾਲੇ ਪਾਸੇ ਨੂੰ ਕਿਸੇ ਵੀ ਝੀਲ ਦੇ ਲਾਗੇ ਤੁਸੀਂ ਜਾਣਾ, ਅਤੇ ਤੁਹਾਨੂੰ ਜ਼ਮੀਨ ਅਤੇ ਝੀਲ ਦੇ ਵਿੱਚ ਫਰਕ ਨਜ਼ਰ ਨਹੀਂ ਆਏਗਾ, ਕਿਉਂਕਿ ਜ਼ਮੀਨ 'ਤੇ ਵੀ ਉਹੋ ਜਿਹੀ ਬਰਫ਼ ਪਈ ਹੋਈ ਹੈ ਅਤੇ ਝੀਲ ਦੇ ਜੰਮੇ ਹੋਏ ਪਾਣੀ 'ਤੇ ਵੀ ਉਹੋ ਜਿਹੀ ਬਰਫ਼ ਪਈ ਹੋਈ ਹੈ। ਅਤੇ ਤੁਸੀਂ ਦੇਖੋਗੇ ਵੀ ਝੀਲ ਦੇ ਉਸ ਜੰਮੇ ਹੋਏ ਸਖਤ ਜਿਹੜਾ ਉਹ ਬਰਫ਼ ਦੀ ਪਰਤ ਦਾ ਰੂਪ ਧਾਰ ਚੁੱਕਾ ਝੀਲ ਦਾ ਪਾਣੀ, ਉਹਦੇ 'ਤੇ ਲੋਕ ਤੁਹਾਨੂੰ ਸੈਰ ਕਰਦੇ ਨਜ਼ਰ ਆਉਣਗੇ। ਅਤੇ ਜੇ ਭਈ ਇੰਨੀ ਉਹ ਮਜ਼ਬੂਤ ਪਰਤ ਹੈ, ਸਿਟੀ ਸਟਾਫ ਦੇ ਵੱਲੋਂ ਡਿਕਲੇਅਰ ਕੀਤਾ ਹੋਇਆ ਕਿ ਉਹਦੇ ਉੱਤੇ ਤੁਸੀਂ ਗੱਡੀ ਵੀ ਚਲਾ ਸਕਦੇ ਹੋ, ਅਤੇ ਤੁਹਾਨੂੰ ਕਈ ਲੋਕ ਉਸ ਦੇ ਉੱਤੇ ਕਾਰਾਂ ਡਰਾਈਵ ਕਰਦੇ ਝੀਲ ਦੇ ਉੱਤੇ ਨਜ਼ਰ ਆ ਸਕਦੇ ਆ। ਅਜੇ ਲੇਕਿਨ ਕਿ ਟੂਰ ਲਈ ਸੀਗਾ ਇਸ ਸਕੂਗਾਗ ਲੇਕ ਦੇ ਵਿੱਚ ਐਤਵਾਰ ਨੂੰ ਸਵੇਰੇ 9 ਵਜੇ ਬੰਦਾ ਮੱਛੀਆਂ ਫੜਨ ਚਲਾ ਗਿਆ, ਕਿਉਂਕਿ ਵਿੱਚ ਵਿੱਚ ਉਹਨਾਂ ਨੇ ਕਿਤੇ ਕਿਤੇ ਉਹ ਛੇਕ ਕੱਢਿਆ ਹੁੰਦਾ ਜਿੱਥੋਂ ਤੁਸੀਂ ਆਪਣਾ ਸੁੱਟ ਸਕਦੇ ਹੋ, ਧਾਗਾ ਵਗੈਰਾ ਪਾ ਕੇ ਮੱਛੀ ਫੜਨ ਦਾ ਸਿਸਟਮ। ਹਾਂਜੀ, ਉਹ ਬੋਰ ਕਈ ਤਾਂ ਬੋਰਿੰਗ ਮਸ਼ੀਨ ਨਾਲ ਲੈ ਕੇ ਗਏ ਹੁੰਦੇ ਆ, ਉਹਨਾਂ ਬਰਫ਼ ਦਾ ਟੁਕੜਾ ਕੱਟ ਕੇ, ਕਿਉਂਕਿ ਥੱਲੇ ਪਾਣੀ ਹੁੰਦਾ, ਬਰਫ਼ 'ਤੇ ਜਿਹੜੀ ਉੱਤੇ 'ਤੇ ਜੰਮੀ ਹੁੰਦੀ ਆ।
ਪਰ ਕਿਤੇ ਕਿਤੇ ਲੇਕਿਨ ਕਿ ਉਹ ਜੰਮੀ ਹੋਈ ਬਰਫ਼ ਦੀ ਪਰਤ ਆ ਜਿਹੜੀ ਇੰਨੀ ਪਤਲੀ ਹੁੰਦੀ ਆ ਕਿ ਉਹ ਫਿਰ ਤੁਹਾਡਾ ਭਾਰ ਨਹੀਂ ਚੱਲ ਸਕਦੀ ਬਰਫ਼। ਜੇ ਉੱਥੇ ਤੁਸੀਂ ਜਾ ਕੇ ਪੈਰ ਰੱਖ ਕੇ ਪੂਰਾ ਭਾਰ ਭਰਾ ਦਿਓ ਤਾਂ ਹੋ ਸਕਦਾ ਬਰਫ਼ ਦੀ ਉਹ ਜਿਹੜੀ ਪਰਤ ਹੈ ਉਹ ਟੁੱਟ ਜਾਏ ਅਤੇ ਤੁਸੀਂ ਥੱਲੇ ਪਾਣੀ 'ਚ ਡਿੱਗ ਪਵੋ। ਅਤੇ ਉਹ ਠੰਡਾ ਪਾਣੀ ਹੈ, ਬਹੁਤ ਜ਼ਿਆਦਾ ਠੰਡਾ ਪਾਣੀ ਹੈ, ਉਹਦੇ ਵਿੱਚ ਡਿੱਗਿਆ ਹੋਇਆ ਬੰਦਾ ਫਿਰ ਬਹੁਤੀ ਦੇਰ ਕਾਢ ਨਹੀਂ ਕੱਢ ਸਕਦਾ। ਸੋ ਇੱਦਾਂ ਹੋਇਆ ਜੀ ਵੀ ਇਹ ਵਿਅਕਤੀ ਸੀਗਾ 50 ਸਾਲ ਦਾ, ਜਿਹੜਾ ਕਿ ਫਿਰ ਇਹ ਝੀਲ ਦੇ ਵਿੱਚ ਉੱਥੇ ਮੱਛੀਆਂ ਫੜਨ ਗਿਆ ਸੀਗਾ ਅਤੇ ਜਿੱਥੇ ਇਹਨੇ ਜਾ ਕੇ ਪੈਰ ਰੱਖਿਆ ਉਹ ਬਰਫ਼ ਜਿਹੜੀ ਉਹ ਟੁੱਟ ਗਈ ਥੱਲੇ ਉਹਦੀ ਪਰਤ, ਅਤੇ ਫਿਰ ਇਹ ਸਿੱਧਾ ਥੱਲੇ ਗਿਆ ਪਾਣੀ ਦੇ ਵਿੱਚ। ਜਿੰਨੇ ਚਿਰ ਨੂੰ ਫਿਰ ਉਹ ਬਚਾਓ ਅਮਲਾ ਐਮਰਜੈਂਸੀ ਵਗੈਰਾ ਵਾਲੇ ਲੋਕ ਆਏ, ਹਾਂਜੀ, ਉਨੇ ਚਿਰ ਨੂੰ ਫਿਰ ਠੰਡ ਲੱਗ ਕੇ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਸੀਗੀ। ਸੋ ਇਹਨਾਂ ਘਟਨਾਵਾਂ ਦਾ ਜ਼ਿਕਰ ਅਸੀਂ ਪ੍ਰੋਗਰਾਮ 'ਚ ਇਸ ਕਰਕੇ ਕਰਦੇ ਹਾਂ ਜੀ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜੰਮੀਆਂ ਹੋਈਆਂ ਝੀਲਾਂ ਵਾਲੇ ਪਾਸੇ ਨੂੰ, ਜੰਮੇ ਹੋਏ ਦਰਿਆਵਾਂ ਵਾਲੇ ਪਾਸੇ ਨੂੰ ਜਾਓ ਖੁਸ਼ੀ ਖੁਸ਼ੀ ਘਰਾਂ ਤੋਂ ਗੱਡੀਆਂ ਲੈ ਕੇ, ਅਤੇ ਅਸੀਂ ਚਾਹਾਂਗੇ ਵੀ ਤੁਸੀਂ ਖੁਸ਼ੀ ਖੁਸ਼ੀ ਵਾਪਸ ਵੀ ਆਵੋ। ਵਾਪਸ ਆਵੋਗੇ ਤਦ ਜੇ ਥੋੜ੍ਹੀ ਜਿਹੀ ਉੱਥੇ ਜਾ ਕੇ ਸਾਵਧਾਨੀ ਵੀ ਵਰਤੀ ਜਾਵੇਗੀ। ਸੋ ਇਸ ਕਰਕੇ ਇਹ ਮਕਸਦ ਹੁੰਦਾ, ਇਹ ਜਿਹੜੀਆਂ ਲੁੱਟਾਂ ਦੀਆਂ, ਮਾਰਾਂ ਦੀਆਂ, ਚਾਕੂਆਂ ਦੀਆਂ, ਗਨਜ਼ ਦੀਆਂ ਘਟਨਾਵਾਂ ਦਾ ਜ਼ਿਕਰ ਅਸੀਂ ਕਦੀ ਕਦੀ ਖਬਰਾਂ ਦੇ ਵਿੱਚ ਕਰਦੇ ਹਾਂ, ਉਹਨਾਂ ਦਾ ਮਕਸਦ ਇਹ ਤੁਹਾਡਾ ਕੋਈ ਮਨ ਦਿਖਾਉਣਾ, ਤੁਹਾਨੂੰ ਕਿਸੇ ਪਰੇਸ਼ਾਨੀ ਦੇ ਵਿੱਚ ਪਾਉਣਾ ਨਹੀਂ ਹੈ। ਕਿਉਂਕਿ ਪਰ ਦੂਜੇ ਪਾਸੇ ਜੇ ਫਿਰ ਇਹਨਾਂ ਦਾ ਅਸੀਂ ਜ਼ਿਕਰ ਨਹੀਂ ਕੀਤਾ ਜਾਵੇਗਾ ਵੀ ਦੀਨ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਅਤੇ ਉਹਦਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਅਤੇ ਵੈਸੇ ਬਹੁਤ ਵਾਰੀ ਕਾਫੀ ਹੈਰਾਨੀ ਵੀ ਹੁੰਦੀ ਹੈ ਵੀ ਰੋਜ਼ ਰੋਜ਼ ਇਹਨਾਂ ਖਬਰਾਂ ਦਾ ਜ਼ਿਕਰ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਹਜੇ ਕਿੱਡੀ ਬੇਧਿਆਨੀ ਹੁੰਦੀ ਆ। ਵੀ ਤੁਸੀਂ ਦੇਖੋ ਵੀ ਪਿਛਲਾ ਇਹ ਦਸੰਬਰ ਦਾ ਜਿਹੜਾ ਮਹੀਨਾ ਲੰਘਿਆ, ਤਕਰੀਬਨ ਕਿੰਨੀ ਕਿੰਨੀ ਵਾਰੀ ਇਹ ਹਰ ਤਰ੍ਹਾਂ ਦੇ ਮੀਡੀਆ ਦੇ ਵਿੱਚ ਗੱਲ ਆਉਂਦੀ ਰਹੀ ਆ ਵੀ ਅੱਜ ਤੋਂ, ਸੋਮਵਾਰ ਤੋਂ, 5 ਜਨਵਰੀ 2015 ਤੋਂ ਟੋਰਾਂਟੋ ਸਿਟੀ ਦੇ ਵਿੱਚ ਡਾਊਨ ਟਾਊਨ ਦੇ ਵਿੱਚ ਜਾ ਕੇ ਜੇ ਤੁਸੀਂ ਗਲਤ ਜਗ੍ਹਾ 'ਤੇ ਗੱਡੀ ਆਪਣੀ ਖੜ੍ਹੀ ਪਾਰਕ ਕਰੋਗੇ ਤਾਂ ਹੋ ਸਕਦਾ ਮਿੰਟਾਂ ਸਕਿੰਟਾਂ ਦੇ ਵਿੱਚ ਬਿਨਾਂ ਕਿਸੇ ਐਕਸੈਪਸ਼ਨ ਤੋਂ ਤੁਹਾਡੀ ਗੱਡੀ ਟੋ ਕਰ ਦਿੱਤੀ ਜਾਵੇ। ਕਿੰਨੀ ਦੇਰ ਇਹਦਾ ਜ਼ਿਕਰ ਆਉਂਦਾ ਰਿਹਾ ਖਬਰਾਂ ਦੇ ਵਿੱਚ, ਪਰ ਹੈ ਕੋਈ ਸੁਣਦਾ? ਸਵੇਰੇ ਅੱਜ ਸਾਢੇ ਅੱਠ ਵਜੇ ਤੱਕ 18 ਗੱਡੀਆਂ ਟੋ ਕਰ ਦਿੱਤੀਆਂ ਗਈਆਂ ਸੀਗੀਆਂ। ਮਤਲਬ ਕਿ ਜਿੰਨਾ ਮਰਜ਼ੀ ਲੋਕਾਂ ਹੁਣ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਕਦੋਂ ਦਾ ਇਹ ਸੁਣਿਆ ਪੁਲਿਸ ਜਿਹੜੀ ਆ ਦਹਾਕਿਆਂ ਤੋਂ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਜੇ 24 ਨਵੰਬਰ ਤੋਂ ਲੈ ਕੇ ਇਹ 2 ਜਨਵਰੀ ਤੱਕ ਰਾਈਡ ਓਪਰੇਸ਼ਨ ਜਗ੍ਹਾ ਜਗ੍ਹਾ 'ਤੇ ਚੱਲਿਆ ਅਤੇ ਹਰ ਸਾਲ ਹੀ ਕਾਬੂ ਆਉਂਦੇ ਆ, 580 ਡਰਾਈਵਰ ਇਸ ਵਾਰ ਫਿਰ ਚਾਰਜ ਹੋਏ ਆ। ਬ੍ਰੈਂਪਟਨ ਦੇ ਵਿੱਚ ਤਾਂ ਕਮਾਲ ਦੀ ਗੱਲ ਹੋਈ ਆ ਵੀ ਇੱਕੋ ਹੀ ਬੰਦਾ 2 ਵਾਰੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਹ ਚਾਰਜ ਹੋਇਆ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ, ਹੈ ਨਾ। ਪਹਿਲੀ ਵਾਰੀ ਚਾਰਜ ਹੋਇਆ ਤਾਂ ਉਹਨਾਂ ਨੇ ਕਿਹਾ ਚਲੋ ਜੀ ਛੱਡਿਓ ਇਹਨੂੰ, ਟਰੱਕ ਡਰਾਈਵਰ ਹੈਗਾ ਇਹਦਾ ਰੋਜ਼ਗਾਰ ਜਾਂਦਾ ਲੱਗੂਗਾ। ਥੋੜ੍ਹੇ ਦਿਨਾਂ ਤੋਂ ਬਾਅਦ ਲਾਇਸੈਂਸ ਵੀ ਦੇ ਦਿੱਤਾ, ਹਾਂਜੀ, ਵਕੀਲ ਕੀਤਾ ਉਹਨੇ ਡਾਲਰ, ਤੁਹਾਨੂੰ ਪਤਾ ਹੀ ਆ ਫਿਰ ਫਟਾਫਟ ਢੇਰੀ ਕਰੀ ਜਾਂਦੇ ਆ ਬਚਣ ਦੇ ਲਈ। ਅੱਛਾ, ਲੇਕਿਨ ਕਿ ਸਬਕ ਨਹੀਂ ਸਿੱਖਿਆ, ਦੁਬਾਰਾ ਫਿਰ ਸ਼ਰਾਬ ਪੀ ਕੇ ਟਰੱਕ ਚਲਾਉਣਾ ਜਾਰੀ ਰੱਖਿਆ। ਫਿਰ ਥੋੜ੍ਹੇ ਦਿਨਾਂ ਬਾਅਦ ਜਦੋਂ ਟਰੱਕ ਛੱਡ ਕੇ ਆਪਣੀ ਕਾਰ ਉੱਥੋਂ ਲੈ ਕੇ ਘਰ ਨੂੰ ਵਾਪਸ ਆ ਰਿਹਾ ਸੀ, ਸ਼ਰਾਬ ਪੀ ਕੇ ਚਲਾ ਰਿਹਾ ਸੀ ਅਤੇ ਰਾਹ ਦੇ ਵਿੱਚ ਫਿਰ ਇੱਕ ਕਾਰ ਦੇ ਵਿੱਚ ਉਹਨੇ ਕਾਰ ਮਾਰੀ ਅਤੇ ਫਿਰ ਉੱਦਾਂ ਤਾਂ ਦਲੇਰੀ ਪੰਜਾਬੀਆਂ 'ਚ ਬਹੁਤ ਆ, ਪਰ ਉਸ ਵੇਲੇ ਇੰਨੀ ਦਲੇਰੀ ਨਾ ਦਿਖਾ ਸਕਿਆ ਵੀ ਹੁਣ ਜੇ ਮੈਂ ਚੰਦ ਚਾੜਿਆ ਅਤੇ ਇੱਥੇ ਰੁਕ ਕੇ ਜ਼ਰਾ ਉਹਦਾ ਸਾਹਮਣਾ ਵੀ ਕਰਾਂ ਆਪਣੀ ਕੀਤੀ ਹੋਈ ਘਟਨਾ ਦੇ ਸਿੱਟਿਆਂ ਦਾ। ਇਹ ਦਲੇਰੀ ਹੁੰਦੀ ਆ ਨਾ, ਡਰਪੋਕ ਹੁੰਦਾ ਵਿਅਕਤੀ ਜਿਹੜਾ ਕਿ ਮੌਕੇ 'ਤੇ ਨਾਲੇ ਗਲਤੀ ਕਰੇ, ਐਕਸੀਡੈਂਟ ਕਰੇ, ਨਾਲੇ ਕਵੇ ਜੀ ਮੈਂ ਤਾਂ ਕੀਤਾ ਹੀ ਨਹੀਂ ਹੈ, ਮੈਂ ਤਾਂ ਐਕਸੀਡੈਂਟ ਕਰ ਹੀ ਨਹੀਂ ਸਕਦਾ, ਮੇਰੇ ਕੋਲ ਗਲਤੀ ਹੋ ਹੀ ਨਹੀਂ ਸਕਦੀ, ਮੈਂ ਤਾਂ ਕੀਤੀ ਹੀ ਨਹੀਂ ਹੈ। ਅਤੇ ਜਾਂ ਫਿਰ ਉੱਥੋਂ ਮੌਕੇ ਤੋਂ ਭੱਜੇ ਹੀ ਜਾਵੇ, ਪਤਰਾ ਵਾਜ ਕੇ ਮੌਕਾ ਵੀ ਮੈਨੂੰ ਕਿਹੜਾ ਕਿਸੇ ਨੇ ਦੇਖਿਆ। ਇਹ ਹੁੰਦਾ ਡਰਪੋਕਾਂ ਦਾ ਕੰਮ। ਸੋ ਇੱਦਾਂ ਹੀ ਕੀਤਾ ਉਹਨੇ, ਹਾਂਜੀ, ਉਹ ਨਾਲੇ ਤਾਂ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ, ਨਾਲੇ ਗੱਡੀ 'ਚ ਗੱਡੀ ਮਾਰੀ ਅਤੇ ਨਾਲੇ ਫਿਰ ਮੌਕੇ 'ਤੇ ਰੁਕਿਆ ਨਹੀਂ, ਘਰੇ ਜਾ ਕੇ ਆਰਾਮ ਨਾਲ ਗੱਡੀ ਖੜ੍ਹੀ ਕਰਕੇ 20 ਮਿੰਟ ਨਹੀਂ ਗੁਜ਼ਰੇ, ਪੁਲਿਸ ਆਫਿਸਰ ਮਗਰ ਪਹੁੰਚ ਗਏ, ਫਿਰ ਪੈਕ ਕਰ ਲਿਆ ਉਹਨਾਂ ਨੇ, ਨਾਲ ਲੈ ਗਏ, ਹੈ ਨਾ, ਟਰੱਕ ਵਿਕ ਚੁੱਕਾ ਜੀ, ਸਾਈਕਲ 'ਤੇ ਆ ਚੁੱਕਾ ਜੀ। ਸੋ ਇਸ ਕਰਕੇ ਅੱਜ ਵੀ ਜਦੋਂ ਆਪਾਂ ਨੂੰ ਭੱਲ ਨਹੀਂ ਪਚਦੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ, ਕਿੱਦਾਂ 20-22 ਸਾਲ ਦੀ ਉਮਰ ਦੇ ਵਿੱਚ ਪਲੇਟ ਦੇ ਵਿੱਚ ਪਰੋਸ ਕੇ ਇਹਨੂੰ ਪਰਮਾਨੈਂਟ ਰੈਜੀਡੈਂਟ ਮਿਲੀ ਇਸ ਮੁਲਕ ਦੀ, ਪਿਤਾ ਖੱਜਲ ਕਿਹਨਾਂ ਕਿਹਨਾਂ ਦੇਸ਼ਾਂ ਦੇ ਵਿੱਚੋਂ ਹੋ ਕੇ ਇੱਥੇ ਆ ਕੇ ਪੱਕਾ ਹੋਇਆ, ਸੱਦਿਆ ਇੰਡੀਆ ਤੋਂ ਪਰਿਵਾਰ ਨੂੰ ਸਾਰੇ ਨੂੰ, ਅਤੇ ਅੱਜ ਜਿੰਨਾ ਇਸ ਇੱਕ ਸ਼ਰਾਬੀ ਡਰਾਈਵਰ ਨੇ ਸਾਰੇ ਆਪਣੇ ਪਰਿਵਾਰ ਨੂੰ ਸੂਲੀ 'ਤੇ ਟੰਗਿਆ ਹੋਇਆ ਕੈਨੇਡਾ ਬ੍ਰੈਂਪਟਨ ਦੇ ਵਿੱਚ ਆ ਕੇ, ਜੇ ਤੁਸੀਂ ਸੁਣੋ ਕਿਤੇ ਗੱਲ 'ਤੇ, ਹਾਂਜੀ, ਤੁਸੀਂ ਸੋਚੋ ਵੀ ਅਸੀਂ ਆਏ ਕਿੱਧਰ ਨੂੰ ਹਾਂ, ਕੀ ਕਰਨ ਆਏ ਹੋਏ ਹਾਂ ਅਤੇ ਕੀ ਅਸੀਂ ਕਰ ਰਹੇ ਹਾਂ। ਸੋ ਇਸ ਕਰਕੇ ਕਈ ਵਾਰ ਲੱਗਦਾ ਹੁੰਦਾ ਵੀ ਪੁੱਤ ਜੰਮੇ ਅਤੇ ਲੋਹੜੀਆਂ ਦੇ, ਹਾਂਜੀ, ਭੰਗੜੇ 'ਤੇ ਆਪਾਂ ਪਾਉਣ ਲੱਗ ਜਾਂਦੇ ਹਾਂ ਵੀ ਆਹ ਮਠਿਆਈ ਦਾ ਡੱਬਾ ਉੱਧਰ ਨੂੰ ਦੇ ਆਓ ਜੀ, ਆਹ ਮੂੰਗਫਲੀ ਦੀ ਪੰਡ ਉੱਧਰ ਨੂੰ ਦੇ ਆਓ ਜੀ,
ਪਰ ਲੇਕਿਨ ਉਹ ਜੰਮੇ ਹੋਏ ਮੁੰਡੇ ਨੇ ਗਾਂ ਚੰਦ ਚਾੜਨੇ ਕੀ ਆ, ਅੱਖਾਂ 'ਚ ਕੁਛ ਹੁੰਦੇ ਕੇ ਰੋਣਾ ਪੈਣਾ, ਉਹ ਵੰਡੀਆਂ ਹੋਈਆਂ ਲੋਹੜੀਆਂ 'ਤੇ ਪਛਤਾਉਣਾ ਪੈਣਾ। ਸੋ ਇਸ ਕਰਕੇ ਵੀ ਥੋੜ੍ਹਾ ਜਿਹਾ ਮੈਂ ਸਮਝਦਾ ਜੀ ਵੀ ਇਹ ਜਨਮਦਿਨ ਵਗੈਰਾ ਮੰਗਾਉਣੇ, ਖੁਸ਼ੀਆਂ ਮਨਾਉਣੀਆਂ, ਭੰਗੜੇ ਪਾਉਣੇ, ਮੁੰਡਾ ਜੰਮ ਪਿਆ, ਚੰਗੀ ਗੱਲ ਹੈ। ਪਰ ਲੇਕਿਨ ਕਿ ਅਸਲ ਦੇ ਵਿੱਚ ਭੰਗੜਾ ਪਾਉਣ ਦਾ ਅਤੇ ਮਠਿਆਈ ਵੰਡਣ ਦਾ ਉਦੋਂ ਸਮਾਂ ਜਦੋਂ ਉਹ ਘਰ ਦੇ ਵਿੱਚ ਪੈਦਾ ਹੋਇਆ ਪੁੱਤਰ ਕਿਤੇ ਨਾਂ ਰੋਸ਼ਨ ਕਰੇ, ਉੱਚ ਵਿੱਦਿਆ ਪ੍ਰਾਪਤ ਕਰਕੇ, ਚੰਗੇ ਗੁਣਾਂ ਦੇ ਨਾਲ ਪਰਿਵਾਰ ਦਾ, ਮਾਪਿਆਂ ਦਾ, ਆਪਣਾ, ਚਲੋ ਹੋਰ ਕਿਸੇ ਦਾ ਨਾ ਕਰੇ, ਘੱਟੋ ਘੱਟ ਆਪਣਾ ਹੀ ਕਰੇ, ਪਰ ਇੱਦਾਂ ਟਰੱਕ ਤੋਂ ਸਾਈਕਲ ਤੱਕ ਆ ਕੇ ਬੇੜਾ ਗਰਕ ਆਪਣਾ ਅਤੇ ਸਾਰੇ ਪਰਿਵਾਰ ਨੂੰ ਨਮੋਸ਼ੀ ਤਾਂ ਨਾ। ਹਾਂਜੀ, ਸੋ ਇਹ ਆ ਵੀ ਇਹ ਵੰਡਣੀਆਂ ਜਿਹੜੀਆਂ ਲੋਹੜੀਆਂ ਅਤੇ ਭੰਗੜੇ ਬੇਸ਼ੁਮਾਰ ਹੀ ਹਨ ਜੀ, ਵੀ ਮੁੰਡਾ ਜੰਮ ਪਿਆ ਤਾਂ ਬਸ ਪਾਓ ਭੰਗੜੇ ਜੀ। ਮੈਂ ਸਮਝਦਾ ਵੀ ਇਹ ਥੋੜ੍ਹੀ ਜਿਹੀ ਪ੍ਰੋਬਲਮ ਹੈ ਸਾਡੇ ਸਮਾਜ ਦੇ ਵਿੱਚ। ਸੋ ਇਸ ਕਰਕੇ ਜੀ ਵੀ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ 8:30 ਵਜੇ ਤੱਕ, ਅਸੀਂ ਥੋੜ੍ਹੇ ਜਿਹੇ ਸੰਦੇਸ਼ ਲਵਾਂਗੇ, ਨਿਊ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਚੱਲਦਾ ਰਹੇਗਾ, ਅਤੇ ਕੁਝ ਸਮਾਂ ਫਿਰ ਭਾਰਤ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਕਿ ਉੱਥੇ ਕਾਫੀ ਨਸ਼ਿਆਂ ਦੀ ਗੱਲ ਇੱਥੇ ਬਹੁਤ ਹੁੰਦੀ ਹੈ, ਜੇਲ੍ਹਾਂ ਦੇ ਵਿੱਚ ਵੀ ਇੱਥੇ ਕਾਫੀ ਹੋ ਰਹੀ ਹੈ, ਅਤੇ ਲੇਕਿਨ ਕਿ ਇਹ ਨਸ਼ਿਆਂ ਦੀ ਗੱਲ ਕਹਿੰਦੇ ਜੀ ਕਿ ਕੈਨੇਡਾ ਅਤੇ ਪੰਜਾਬ ਦੇ ਵਿਚਕਾਰ ਕਿਤੇ ਨਾ ਕਿਤੇ ਉਹਦਾ ਲਿੰਕ ਹੈ, ਕੋਈ ਜੁੜੀ ਹੋਈ ਗੱਲ ਹੈ, ਬੜੇ ਉੱਥੇ ਅੱਜ ਕੱਲ੍ਹ ਸਰਕਾਰਾਂ ਕਰ ਰਹੀਆਂ ਰੋਸ ਧਰਨੇ ਵਗੈਰਾ, ਉਹਨਾਂ ਦੀ ਵੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਪਰਤ ਦਿਆਂ ਸੰਦੇਸ਼ਾਂ ਤੋਂ ਬਾਅਦ ਮਨਦੀਪ ਸਿੰਘ ਜੀ ਸੰਧੂ ਪ੍ਰੋਗਰਾਮ ਨੂੰ ਕੰਟਰੋਲ ਕਰ ਰਹੇ ਹਾਂ। ਅਤੇ ਸਾਡੇ ਉੱਥੇ ਵੈਨਕੂਵਰ ਦੇ ਵਿੱਚ ਅੱਜ ਬੜਾ ਵੈਸੇ ਖੁਸ਼ੀ ਅਤੇ ਵਧਾਈ ਵਾਲਾ ਮਾਹੌਲ ਹੈ, ਕਿਉਂਕਿ ਇੱਕ ਰੇਡੀਓ ਸਟੇਸ਼ਨ ਜੋ ਹੈ ਔਨ ਹੋ ਚੁੱਕਾ, ਅਗਲਾ ਰੇਡੀਓ ਸਟੇਸ਼ਨ ਜਿਹੜਾ ਐਬਟਸਫਰਡ ਦੇ ਵਿੱਚ ਔਨ ਹੋਣਾ ਕੁਝ ਦਿਨਾਂ ਦੇ ਵਿੱਚ ਉਹ ਹੋ ਜਾਵੇਗਾ, ਉਸ ਦੇ ਬਾਰੇ ਵੀ ਦੱਸਿਆ ਜਾਵੇਗਾ। ਸਰਦਾਰ ਰਵਿੰਦਰ ਸਿੰਘ ਪੰਨੂ ਵੈਨਕੂਵਰ ਦੇ ਵਿੱਚ ਹਨ, 647-502-4800 ਉਹਨਾਂ ਦਾ ਟੈਲੀਫੋਨ ਨੰਬਰ ਹੈ, ਅਤੇ ਜੇ ਮਨਦੀਪ ਸਿੰਘ ਸੰਧੂ ਉਹਨਾਂ ਨਾਲ ਕੋਈ ਗੱਲ ਕਰਨੀ ਪ੍ਰੋਗਰਾਮਾਂ ਦੇ ਬਾਰੇ 'ਚ ਸਟੂਡੀਓ 'ਚ, ਤਾਂ 416-741-9600 ਟੈਲੀਫੋਨ ਨੰਬਰ ਹੈ। ਅਤੇ ਪਰ ਲੇਕਿਨ ਕੇ ਪੀ ਜੇ ਤੁਸੀਂ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਨਿਊਜ਼ ਸਿਲਵਰ ਸ਼ੋਪ ਦੇ ਸਹਿਯੋਗ ਦੇ ਨਾਲ ਜਿੱਤਣਾ ਚਾਂਦੀ ਦਾ ਸਿੱਕਾ, ਅਤੇ ਫਿਰ ਤੁਸੀਂ ਆਉਣਾ ਇਸ ਹੀ ਪ੍ਰੋਗਰਾਮ ਦੇ ਵਿੱਚ, ਟੈਲੀਫੋਨ ਨੰਬਰ ਅਸੀਂ ਸਕਰੀਨ 'ਤੇ ਵੀ ਦਿਖਾਵਾਂਗੇ, 416-640-0200 ਟੈਲੀਫੋਨ ਨੰਬਰ ਰਹੇਗਾ। ਸੰਦੇਸ਼ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਪਰ